ਅੱਜ ਦੇ ਗੈਸਟ ਹੀ ਇੰਨੇ ਅਹਿਮ ਨੇ, ਉਹਨਾਂ ਦੇ ਆਉਣ ਨਾਲ ਹੀ ਚਾਰ ਚੰਦ ਲੱਗ ਜਾਣੇ। ਗੱਲ ਵਧਾ ਵਰਲਡ, ਉਹਨਾਂ ਦੇ ਫੈਨਸ ਮੌਜੂਦ ਨੇ, ਸੁਪਰ ਸਟਾਰ ਨੇ ਸਾਡੇ ਪਾਕਿਸਤਾਨ ਦੇ, ਮੇਰੀ ਮੁਰਾਦ ਦੇ ਜਨਾਬ ਕੈਸਰ ਪਿਆ ਸਾਹਿਬ ਨਾਲ। ਕੈਸਰ ਸਾਹਿਬ ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਹਲਾਨ ਬਾਈ, ਕੈਸੀ ਤਬੀਅਤ ਹੈ ਤੁਹਾਡੀ? ਠੀਕ ਜੀ, ਮੈਂ ਬਿਲਕੁਲ ਠੀਕ ਠਾਕ। ਕੈਸਰ ਬਾਈ, ਰੰਗ ਮਾਸ਼ਾਅੱਲਾ ਦਿਨ ਬਦਿਨ ਚਿੱਟਾ ਹੁੰਦਾ ਜਾ ਰਿਹਾ, ਪਿਆਰੇ ਲਾਈਟਾਂ ਮਹਿੰਗੀਆਂ ਲਵਾਈਆਂ, ਰੰਗ ਹੋਈ ਕਿਉਂਕਿ ਅੱਜ ਕੱਲ ਜਿੰਨੇ ਵੀ ਪੋਡਕਾਸਟ ਹੋ ਰਹੇ ਆ ਉਹਨਾਂ ਨੂੰ ਇੰਨੀ ਆਖਰਤ ਦੀ ਫਿਕਰ ਨੀ ਜਿੰਨੀ ਲਾਈਟਾਂ ਦੀ ਫਿਕਰ ਹੈ, ਸਬਸਕ੍ਰਾਈਬਰ ਦੀ ਫਿਕਰ ਹੈ, ਲਾਈਕ ਦੀ ਫਿਕਰ ਹੈ, ਔਰ ਬੈਲ ਆਈਕਾਨ ਦਾ ਬਟਨ ਦਬਾਏ, ਮਤਲਬ ਸਾਰੀ ਜ਼ਿੰਦਗੀ ਉਹ ਘਰਾਂ ਦੀਆਂ ਬੈਲਾਂ ਦਬਾ ਕੇ ਲੋਕੀ ਨੱਚਦੇ ਸਨ, ਹੁਣ ਸਿਰਫ ਬੈਲ ਆਈਕਾਨ ਦੀ ਫਿਕਰ ਪਈ ਹੈ ਸਰ। ਮੈਂ ਦੇਖਿਆ ਵਾ ਬਈ ਸਾਰਿਆਂ ਨਾਲ ਤੁਸੀਂ, ਈਵਨ ਛੋਟੇ ਤੋਂ ਛੋਟਾ ਆਰਟਿਸਟ ਹੋਵੇ ਉਹਦੇ ਨਾਲ ਵੀ ਓਨਾ ਹੀ ਪਿਆਰ ਕਰ ਰਹੇ ਹੁੰਦੇ ਹੋ ਜਿੰਨਾ ਵੱਡੇ ਆਰਟਿਸਟ ਨਾਲ ਪਿਆਰ ਕਰ ਰਹੇ ਹੁੰਦੇ ਹੋ, ਲੇਕਿਨ ਮੈਂ ਇੱਕ ਅਜੀਬ ਜੀ ਰਗਬਤ, ਸ਼ਗਫ, ਮੁਹੱਬਤ, ਪਿਆਰ ਤੁਹਾਡਾ ਜਿਹੜਾ ਮੈਂ ਨਸੀਮ ਵਿੱਕੀ ਸਾਹਿਬ ਵਾਸਤੇ ਮਹਿਸੂਸ ਕਰਦਾ ਨਾ, ਉਹ ਸ਼ਾਇਦ ਉਹਨਾਂ ਨੀ ਸਾਧਨਾ ਹੈ ਬਹੁਤ ਜ਼ਿਆਦਾ, ਉਹਨਾਂ ਨਾਲ ਥੋੜਾ ਜਿਹਾ ਐਕਸਟਰਾ ਵਾ। ਵਿੱਕੀ ਸਾਹਿਬ ਨੂੰ ਮੁਹੱਬਤ ਦਿੱਤੋ ਪਈ ਕਿ ਕੋਈ ਬੰਦਾ ਮੇਰੇ ਨਾਲ ਐਂਟਰੀ ਕਰਨਾ ਨਹੀਂ ਸੀ ਜਾਂਦਾ ਡਰਾਮੇ ਚ, ਉਸ ਦੌਰਾਨ ਫਿਰ ਨਸੀਮ ਵਿੱਕੀ ਸਾਹਿਬ, ਖੁਸ਼ਬੂ ਸਾਹਿਬਾ ਮਸਨ, ਉਹ ਡਰਾਮੇ ਚ, ਉਹ ਉਸ ਡਰਾਮੇ ਦੀ ਗੱਲ ਕਰ ਰਹੇ ਜਿਹਨਾਂ ਨੇ ਮੈਨੂੰ, ਮੇਰੇ ਨਾਲ ਐਂਟਰੀ, ਮੇਰਾ ਸਾਥ ਵਿੱਕੀ ਬਾਈ ਨੇ ਕਿਹਾ ਮੈਂ ਕਰਾਂਗਾ, ਵਿੱਕੀ ਬਾਈ ਦੇ ਘਰ ਬਹੁਤ ਜਾਂਦਾ ਰਿਹਾ ਮੈਂ, ਨਸ਼ੇ ਤੋਂ ਬਚ ਗਿਆ, ਬੁਰਾਈ ਤੋਂ ਬਚ ਗਿਆ, ਕਿਉਂਕਿ ਬਾਈ ਕੋਈ ਨਸ਼ਾ ਵਗੈਰਾ ਨਹੀਂ ਕਰਦੇ। ਕੀ ਬਾਈ ਨੇ ਮੈਨੂੰ ਕਿਹਾ ਕਿ ਇੱਕ ਲੜਕੀ ਹੈ ਬੇਟਾ, ਉਹਨਾਂ ਤੋਂ ਸ਼ਾਦੀ ਕਰ ਲਾ। ਉਹ ਸੁਨੈਣ ਸਾਹਿਬ ਦੀ ਬੇਟੀ, ਸਾਡੇ ਡਾਇਰੈਕਟਰ ਫਿਲਮ ਸਰ ਸੁਨੈਣ ਸਾਹਿਬ, ਉਹਨਾਂ ਦੀ ਬੇਟੀ ਨੇ, ਉਹ ਫਿਰ ਉਹਨਾਂ ਨੇ ਰਿਸ਼ਤਾ ਵੀ ਕਰਾਇਆ, ਉਹ ਆਪਣੇ ਘਰ ਬਰਾਤ ਵੀ ਬੁਲਾਈ। ਉਹ ਕਾਫੀ ਬੰਦਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਨਸੀਮ ਵਿੱਕੀ ਸਾਹਿਬ ਦੀ ਬੇਟੀ ਨਹੀਂ ਹੈਗੇ ਨੇ ਮੇਰੀ ਵਾਈਫ। ਹਾਂ, ਅਕਸਰ ਜਿਹੜੇ ਅਕਸਰ ਜਿਹਨਾਂ ਨੂੰ ਪਤਾ ਲੱਗ ਗਿਆ, ਕਿਉਂਕਿ ਵਿੱਕੀ ਬਾਈ ਮੇਰੇ ਤੋਂ ਕੋਈ 2-4 ਸਾਲ ਵੱਡੇ ਹੋਣਗੇ ਸਿਰਫ। ਫਿਰ ਇੱਕ ਹੋਰ ਕਨਫਿਊਜ਼ਨ ਦੱਸਣਾ ਚਾਹ ਰਿਹਾ ਕਿ ਉਹ ਸਮਝ ਰਹੇ ਨੇ ਕਿ ਇਹ ਜਿਹੜੀ ਵਿੱਕੀ ਸਾਹਿਬ ਦੀ ਵਾਈਫ ਉਹਨਾਂ ਦੀ ਬੇਟੀ ਨੇ। ਨਹੀਂ ਨਹੀਂ ਉਹਨਾਂ ਦੀ ਵੀ ਨਹੀਂ ਉਮਰ ਨਹੀਂ, ਇਹ ਸੁਨੈਣ ਸਾਹਿਬ ਦੇ ਜਿਹੜੇ ਪਹਿਲੇ ਵਾਈਫ ਸਨ ਨਾ, ਉਹ ਮੇਰੀ ਵਾਲਦਾ ਨੇ, ਮੇਰੀ ਮਾਂ ਨੇ, ਉਹ ਹਯਾਤ ਨੇ, ਮੇਰੇ ਸੱਸ ਨੇ, ਉਹ ਵੀ ਠੀਕ ਹੈ, ਉਹਨਾਂ ਦੀ ਬੇਟੀ ਹੈ। ਉਹ ਸਾਰੀ ਕਨਫਿਊਜ਼ਨ ਲੋਕਾਂ ਨੂੰ ਇਹ ਹੈਗੀ ਕਿ ਉਹ ਸੁਸਰ ਯੇ ਵੋ ਫਲਾਂ, ਲੇਕਿਨ ਵਿਊਜ਼ ਲੈਣ ਵਾਸਤੇ ਵੀ ਕਈ ਬੰਦੇ ਪੰਗੇ ਪਾ ਦਿੰਦੇ ਆ ਨਾ। ਲੇਕਿਨ ਉਹ ਜਦੋਂ ਬਰਾਤ ਹੀ ਉਧਰ ਗਈ, ਉਹਨਾਂ ਨੇ ਆਪ ਵੀ ਐਡਮਿਟ ਕਰਦੇ ਨੇ, ਮੈਂ ਵੀ ਕਰਨਾ ਵਾਂ, ਕਿਉਂਕਿ ਜਦੋਂ ਉਹ ਮੰਨਦੇ ਨੇ ਇਸ ਗੱਲ ਨੂੰ। ਲੇਕਿਨ ਬੇਸਿਕਲੀ ਇਹ ਚੀਜ਼ ਹੈ ਕਿ ਵਿੱਕੀ ਭਾਈ ਨੇ ਉਹ ਬੜੀ ਵੱਡੀ ਨੇਕੀ ਕੀਤੀ ਸੀ, ਬੱਚੀ ਦੀ ਸ਼ਾਦੀ, ਮੇਰੀ ਸ਼ਾਦੀ ਕਰਵਾ ਕੇ, ਤੋ ਅਲਹਮਦੁਲਿਲਾ ਉਹ ਮਜ਼ੀਦ ਸਾਡਾ ਰਿਸ਼ਤਾ ਵੱਧ ਹੀ ਰਿਹਾ, ਵਿੱਚ ਬੜੀਆਂ ਚੀਜ਼ਾਂ ਆਉਂਦੀਆਂ, ਮੈਨੂੰ ਲੋਕ ਲੈ ਕੇ ਵੀ ਆਉਂਦੇ ਨੇ, ਲੇਕਿਨ ਅਸੀਂ ਕੋਸ਼ਿਸ਼ ਕਰਨੀ ਕਿ ਸਾਡੀ ਲੜਾਈ ਨਾ ਹੋ। ਕੈਸੇ ਬਾਈ, ਥੀਏਟਰ ਤੋਂ ਟੀਵੀ ਤੱਕ ਦਾ ਸਫ਼ਰ ਜਿਹੜਾ ਬਹੁਤ ਸਾਰੇ ਆਰਟਿਸਟਾਂ ਨੂੰ ਸਟਾਰ ਤੋਂ ਸੁਪਰ ਸਟਾਰ ਬਣਾ ਗਿਆ, ਇਹਦੇ ਉੱਤੇ ਤੁਸੀਂ ਕੀ ਕਹੋਗੇ? ਇਹ ਜਿਹੜਾ ਇੱਕ ਡੈਕੋਰਮ ਸੈੱਟ ਕੀਤਾ ਗਿਆ, ਇਹਦੀ ਵਜ੍ਹਾ ਤੋਂ ਬੜੇ ਸਾਰੇ ਆਰਟਿਸਟਾਂ ਦੀ ਜ਼ਿੰਦਗੀ ਬਣ ਗਈ। ਯਾਰ ਮੈਂ ਇਹਦੇ ਚ ਆਫਤਾਬ ਇਕਬਾਲ ਸਾਹਿਬ, ਮੈਂ ਉਹਨਾਂ ਨੂੰ ਹਰ ਵਕਤ ਦੁਆ ਦਿੰਦਾ, ਮੈਂ ਉਹਨਾਂ ਦਾ ਅਹਿਸਾਨ ਮੰਨਦਾ, ਅੱਲਾ ਪਾਕ ਨੇ ਸਾਡਾ ਬਹੁਤ, ਮੈਂ ਬੜੀ ਜਗ੍ਹਾ ਆਫਤਾ ਸਾਹਿਬ, ਕਿਉਂਕਿ ਮੈਂ ਉਹਨਾਂ ਨਾਲ ਕੰਮ ਵੀ ਨਹੀਂ ਕੀਤਾ। ਅੱਛਾ, ਮੈਂ ਆਫਤਾ ਸਾਹਿਬ ਨਾਲ ਕੰਮ ਨਹੀਂ ਕੀਤਾ, ਨੈਵਰ ਐਵਰ, ਨੈਵਰ ਐਵਰ, ਠੀਕ ਹੈ। ਇੱਕ ਐਪੀਸੋਡ ਤੇ ਗਿਆ ਹੋਗਾ ਤੇ ਵਾਪਸ ਆ ਗਿਆ। ਉਹਨਾਂ ਨੇ ਕਦੀ ਆਫਰ ਵੀ ਨਹੀਂ ਕੀਤੀ? ਨਹੀਂ, ਆਫਰ ਉਦੋਂ ਨਹੀਂ ਕੀਤੀ, ਬਾਅਦ ਚ ਤੇ ਆਈ ਸੀ, ਲੇਕਿਨ ਉਦੋਂ ਮੈਂ ਮਜ਼ਾਕਰਤ ਕਰ ਰਿਹਾ ਸੀ, ਤੇ ਉਹ ਤਾਂ ਮੇਰੇ ਨਾਲ ਪਿਆਰ ਹੀ ਬਹੁਤ ਕਰਦੇ ਨੇ ਆਫਤਾ ਸਾਹਿਬ, ਤੇ ਮਜ਼ਾਕਰਾ ਮੈਂ ਛੱਡ ਨਹੀਂ ਸਕਦਾ ਉਹ ਸੇਲ ਸਾਹਿਬ ਦੀ ਵਜ੍ਹਾ ਤੋਂ। ਦੁਨੀਆ ਨਿਊਜ਼ ਮੈਂ ਸੇਲ ਸਾਹਿਬ ਦੀ ਵਜ੍ਹਾ ਤੋਂ ਨਹੀਂ ਛੱਡ ਸਕਦਾ, ਸਹੀ ਠੀਕ ਹੈ ਜੀ, ਕਿਉਂਕਿ ਸੇਲ ਸਾਹਿਬ ਮੇਰੀ ਜਾਨ ਨੇ। ਤੇ ਆਫਤਾਬ ਇਕਬਾਲ ਸਾਹਿਬ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਨਾ, ਕਿਉਂਕਿ ਉਸ ਤੋਂ ਪਹਿਲੇ ਥੀਏਟਰ ਵਾਲੇ ਫਨਕਾਰ ਨੂੰ ਨਾ ਟੀਵੀ ਵਾਲੇ ਕਬੂਲ ਕਰਦੇ ਸੀ, ਨਾ ਫਿਲਮ ਵਾਲੇ ਕਬੂਲ ਕਰਦੇ ਸੀ। ਅਸੀਂ ਉਹਨੂੰ ਥੀਏਟਰ ਚ ਆਏ ਜਦੋਂ ਥੀਏਟਰ ਖਰਾਬ ਹੋ ਚੁੱਕਿਆ ਸੀ, ਸਹੀ। ਉਹਦੇ ਚ ਫਿਰ ਸਾਨੂੰ ਅੱਲਾਹ ਪਾਕ ਨੇ ਇੱਕ ਫਰਿਸ਼ਤਾ ਭੇਜਿਆ, ਆਫਤਾਬ ਇਕਬਾਲ ਸਾਹਿਬ, ਸੁਹੇਲ ਅਹਿਮਦ ਸਾਹਿਬ, ਠੀਕ, ਉਹਨਾਂ ਨੇ ਉਹ ਹਸਬਿਆਲ ਸ਼ੁਰੂ ਕੀਤਾ। ਉਸ ਤੋਂ ਬਾਅਦ ਕੋਈ ਉਮੀਦ ਦੀ ਜਿਹੜੀ ਕਿਰਨ ਜਾਗੀ ਅੱਲਾਹ ਪਾਕ ਨੇ ਰਹਿਮਤ ਕੀ, ਜੋ ਰਿਸਕ ਦੇਖੋ ਕਰਨ ਵਾਲੀ ਰੱਬ ਦੀ ਜ਼ਾਤ ਹੈ, ਪੰਜ ਤਰਬਾਦ ਦੇ ਸਦਕੇ ਨੂੰ
ਤੇ ਅੱਲਾ ਪਾਕ ਨੇ ਰਿਸਕ ਜਿੰਨਾ ਜਿੰਨਾ ਵਸੀਹ ਕਰਨਾ ਸੀ ਸਾਰਾ ਕੀਤਾ, ਲੇਕਿਨ ਵਸੀਲਾ ਕੌਣ ਹੈ? ਆਫਤਾਬ ਇਕਬਾਲ ਸਾਹਿਬ, ਜਿਹਨਾਂ ਦੀ ਸੋਚ, ਇਹਨਾਂ ਦਾ ਜ਼ਿਹਨ ਮਿਲ ਕੇ ਇਹਨਾਂ ਨੇ ਕੰਮ ਕੀਤਾ। ਤੇ ਮੈਂ ਸਾਰੀ ਜ਼ਿੰਦਗੀ ਵਾਸਤੇ ਖਸੂਸਨ ਮੈਂ ਦੋ ਬੰਦਿਆਂ ਦਾ, ਜੈਸੇ ਆਫਤਾਬ ਸਾਹਿਬ ਤੇ ਸ਼ੇਲ ਸਾਹਿਬ, ਇਹਨਾਂ ਦਾ ਸਨਮਾਨ ਰਵਾਂਗਾ। ਔਰ ਆਫਤਾਬ ਸਾਹਿਬ ਨੂੰ ਤੇ ਮੇਰੇ ਬੱਚੇ ਵੀ ਦੁਆਵਾਂ ਦਿੰਦੇ ਨੇ, ਔਰ ਮੈਂ ਵੀ ਹਰ ਨਮਾਜ਼ 'ਚ ਉਹਨਾਂ ਨੂੰ ਕਹਿੰਦਾ ਕਿ ਅੱਲਾ ਪਾਕ ਉਹਨਾਂ ਨੂੰ ਸਲਾਮਤ ਰੱਖੇ। ਉਹ ਸਖ਼ਤ ਜ਼ਰੂਰ ਨੇ, ਜਿਸ ਤਰ੍ਹਾਂ ਲੋਕ ਉਹਨਾਂ ਨੂੰ ਪੇਂਟ ਕੀਤਾ ਗਿਆ ਨਾ, ਯਕੀਨ ਕਰੋ ਇੰਜ ਤੇ ਨਹੀਂ ਹੈ। ਨੀਰੂ ਬਾਜਵਾ ਜਾਂ ਸੋਨਮ ਬਾਜਵਾ? ਨੀਰੂ ਬਾਜਵਾ ਜੀ, 100% ਜੀ। ਸੋਹਣੀ ਕਿਹੜੀ ਲੱਗਦੀ ਬੋਲ? ਹਾਂਜੀ ਸੋਹਣੀ ਲੈ ਜੀ, ਜਿਹਨਾਂ ਨੇ ਮੇਰਾ ਨਿਕਾਹ ਹੋਇਆ ਇਹ ਉਹਨਾਂ ਨੇ ਵੀ ਵੇਖਣਾ ਪ੍ਰੋਗਰਾਮ। ਨੀਰੂ ਬਾਜਵਾ ਜੀ ਨਾਲ ਮੈਂ ਫਿਲਮ ਕੀਤੀ ਹੈ ਨਾ, ਸੋਨਮ ਜੀ ਨਾਲ ਅਜੇ ਨੇ ਕੀਤੀ। ਤੇ ਨੀਰੂ ਜੀ ਇੱਕ ਗ੍ਰੇਟ ਇਨਸਾਨ, ਗ੍ਰੇਟ ਸੁਪਰਸਟਾਰ, ਜਿਹਨਾਂ ਦੀਆਂ ਮੈਂ ਕੋਈ 500 ਫਿਲਮ ਵੇਖੀ ਸੀ ਤੇ ਬਾਅਦ ਚ ਉਹਨਾਂ ਨਾਲ ਕੰਮ ਕੀਤਾ। ਨੀਰੂ ਸਾਹਿਬਾਂ ਨੇ ਮੈਨੂੰ ਲੱਗਦਾ ਤੁਹਾਡੇ ਨਾਲ ਹੱਥ ਨਾਲ ਵੀ ਕੁਛ ਬਣਾ ਕੇ ਖਵਾਇਆ ਵੀ ਸੀਗਾ ਤੁਸੀਂ ਦੱਸਿਆ? ਉੱਥੇ ਨੀਰੂ ਜੀ ਨੇ ਨਹੀਂ ਉਹ ਲੈ ਕੇ ਸੀ ਕੇਕ ਵਗੈਰਾ, ਫਿਰ ਗਿਫਟ ਵਗੈਰਾ, ਫਿਰ ਉਸ ਤੋਂ ਬਾਅਦ ਪਿੰਨੀਆਂ ਬਣਦੀਆਂ ਸੀ, ਉਹਨਾਂ ਨੇ ਨੀ ਬਣਾਈਆਂ ਸਨ ਪਿੰਨੀਆਂ, ਪਿੰਨੀਆਂ ਬਣਾਈਆਂ ਸੀ ਉਹ ਤੇ ਬਣਾਉਂਦੇ ਸੀ ਸਾਡੇ ਸਰਦਾਰ ਭਾਈ। ਅੱਛਾ। ਉਹ ਫਿਰ ਸਾਰੇ ਮਿਲ ਕੇ ਖਾਂਦੇ ਸੀ। ਗਿੱਪੀ ਬਾਈ ਦੀ ਕਿਆ ਬਾਤ ਹੈ, ਗਿੱਪੀ ਗਰੇਵਾਲ, ਹਰੀਸ਼ ਵਰਮਾ ਭਾਈ ਜਾਂ ਉਹ ਤਰਸੀਮ ਜੱਸਰ, ਜਿਹਨਾਂ ਨੇ ਮੈਨੂੰ ਬੜਾ ਅੱਛਾ ਲੱਗਾ ਕੰਮ ਕਰਕੇ, ਉਹ ਬੜੇ ਗ੍ਰੇਟ, ਉਹ ਬਹੁਤ ਅੱਛੇ ਲੋਕ ਨੇ। ਤੇ ਨੀਰੂ ਜੀ ਵੀ ਇੰਜ ਹੀ ਹੈ, ਮਤਲਬ ਕਿ ਤੁਸੀਂ ਉਹਨਾਂ ਨੂੰ ਇੱਕ ਵਾਰੀ ਮਿਲੋਗੇ ਨਾ, ਤੇ ਬਲਕਿ ਮੈਂ ਉਹਨਾਂ ਦਾ ਇੱਕ ਵਾਕਿਆ ਸੁਣਾਉਣਾ ਕਿ ਉਹਨਾਂ ਦੇ ਨਾ ਉਹ ਕੋਈ ਐਸੀ ਕੋਈ ਸਾਲਗਿਰਾ ਸੀ ਜਾਂ ਕੀ ਸੀ, ਉਹ ਸਭ ਲਈ ਗਿਫਟ ਲੈ ਕੇ ਆਏ, ਸਾਲ ਦਾ ਨਵਾਂ ਦਿਨ ਸੀ। ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਵੀ ਆਇਆ ਨਾ, ਮੈਨੂੰ ਜਾਣਦੇ ਸਨੋ। ਅੱਛਾ। ਤੇ ਜਦੋਂ ਉਹਨਾਂ ਮੈਨੂੰ ਵੇਖਿਆ ਨਾ ਕਿ ਉਹਨਾਂ ਨੇ ਦੱਸਿਆ ਨਾ, ਲਾਸਟ ਦਿਨ ਦੱਸਿਆ ਕਿ ਕੈਸਰ ਭਈਆ ਸਾਹਿਬ ਵੀ ਆਏ, ਰਹਿਮਤ ਅਲੀ ਭੱਟ ਸਾਹਿਬ ਸਨ, ਮੈਂ ਸੀ ਤੇ ਵਿੱਕੀ ਬਾਈ ਸੀ, ਉਹਨਾਂ ਕੈਸਰ ਸਾਹਿਬ ਵੀ, ਤੇ ਮੇਰੇ ਵਾਸਤੇ ਉਹ ਚਾਕਲੇਟ ਦਾ ਇੱਕ ਡੱਬਾ ਲੈ ਗਿਆ ਕਿ ਸੋਰੀ। ਫਿਰ ਉਹਨਾਂ ਨੇ ਕਿਹਾ ਕਿ ਕੈਸਰ ਜੀ ਮੈਂ ਐਕਸਕਿਊਜ਼ ਕਰਨੀ ਹੈ, ਮੈਨੂੰ ਪਤਾ ਨਹੀਂ ਸੀ ਤੁਸੀਂ ਆਏ, ਨਹੀਂ ਤਾਂ ਮੈਂ ਤੁਹਾਡੇ ਲਈ ਵੀ ਕੋਈ ਅੱਛਾ ਗਿਫਟ ਲੈ ਕੇ। ਗਿੱਪੀ ਗਰੇਵਾਲ ਜਾਂ ਜਿਮੀ ਸ਼ੇਰਗਿੱਲ? ਗਿੱਪੀ ਗਰੇਵਾਲ, ਗ੍ਰੇਟ ਆਦਮੀ। ਗਿੱਪੀ ਬਾਈ ਸ਼ਹਿਜ਼ਾਦੇ। ਕੈਸਰ ਪਿਆ ਅਗਰ ਆਰਟਿਸਟ ਨਾ ਹੁੰਦਾ ਤੇ ਕੀ ਹੁੰਦਾ? ਉਹ ਵੀ ਫਿਰ ਬੋਤਲਾਂ ਦਾ ਕੰਮ ਹੋਣਾ ਸੀ, ਲੇਕਿਨ ਖੋਤਾ ਰੇੜੀ ਵੇਚ ਕੇ ਮੈਂ ਗੱਡੀ ਲੈ ਲੈਣੀ ਸੀ, ਫਿਰ ਵੈਗਨ ਤੇ ਵੇਚਿਆ ਕਰਨੀ ਸੀ। ਥੈਂਕ ਯੂ ਵੈਰੀ ਮਚ ਕੈਸਰ ਭਾਈ ਆਉਣ ਲਈ, ਤੁਸੀਂ ਚਾਰ ਚੰਨ ਲਾ ਤੇ। ਜਰਾ ਆਪਣੇ ਚਾਹਣ ਵਾਲਿਆਂ ਨੂੰ ਜਰਾ ਕਹਿ ਦਿਓ ਸਾਡਾ ਚੈਨਲ ਵੀ ਜਿਹੜਾ ਸਬਸਕ੍ਰਾਈਬ ਕਰ ਦੇਣ, ਲਾਈਕ ਕਰ ਦੇਣ। ਮੇਰੀ ਰਿਕੁਐਸਟ ਹੈ ਸਭ ਸੇ ਯਹੀ ਕਿ ਹਨਾਨ ਮੇਰਾ ਛੋਟਾ ਭਾਈ ਹੈ, ਔਰ ਮੈਂ ਬੜੀ ਦੁਆ ਕਰਤਾ ਹੂੰ ਇਸਕੇ ਲੀਏ ਕਿ ਯੇ ਔਰ ਜ਼ਿਆਦਾ ਕਾਮਯਾਬ ਹੋ, ਯੇ ਟੈਲੀਵਿਜ਼ਨ ਮੇ ਵੀ ਯੇ ਕਾਮ ਕਰੇ, ਫਿਲਮੋਂ ਮੇ ਵੀ ਕਰੇ। ਤੋ ਹਨਾਨ ਬੁਖਾਰੀ ਕੇ ਨਾਮ ਸੇ ਇਨਕਾ ਚੈਨਲ ਹੈ, ਯੇ ਬਹੁਤ ਮਿਹਨਤੀ ਆਦਮੀ ਹੈ, ਤੋ ਪਲੀਜ਼ ਇਸ ਚੈਨਲ ਕੋ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਕਰੇ, ਔਰ ਆਪਣੀ ਮੁਹੱਬਤ ਕਾ ਇਜ਼ਹਾਰ ਕਰੇ, ਕਿਉਂਕਿ ਆਪ ਅਗਰ ਕੋਈ ਫੈਮਿਲੀ ਸ਼ੋਅ ਦੇਖਣਾ ਚਾਹਤੇ ਹੈ ਜਿਸਮੇ ਕੋਈ ਲੱਚਰਪਨ ਨਹੀਂ ਹੈ, ਤੋ ਹਨਾਨ ਕੇ ਚੈਨਲ ਪੇ ਆਪ ਦੇਖ ਸਕਤੇ ਹੈ। ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੈਸਰ ਭਾਈ, ਤੁਸੀਂ ਆਏ, ਤੁਸੀਂ ਇੰਨਾ ਪਿਆਰ ਕਰਦੇ ਹੋ, ਸਾਡੇ ਵਰਗਿਆਂ ਨੂੰ ਇੰਨਾ ਪਿਆਰ ਕਰਦੇ ਹੋ, ਤੁਹਾਡਾ ਵੱਡਾ ਭਰਾ ਜਨਾਬ। ਤੇ ਇਨਸ਼ਾਅੱਲਾ ਜੀ ਨੈਕਸਟ ਪੋਡਕਾਸਟ ਫਿਰ ਹੋਏਗੀ ਮੁਲਾਕਾਤ। ਅੱਲਾ ਹਾਫਿਜ਼।